आ देख लो भरा ब्रेकां जमा न्यूट्रल ने ये हैंड ब्रेक भी आ ने कोई बंदा कहता ना भी भरा भरा हैंड ब्रेक लाई खड़े ने वो भी आ ने वो भी ऑफ आ वो भी ऑफ ने जी ठीक है जी हम दोबारे फेर करा दे आपा ये तुरया क्यों नहीं ये लॉक कीता होई आपने यही दा बस कीता होयो कीता जेड़ा गियर आई अपना रेंज वाला सारा हां मुरो अच्छा अंदर कुछ नहीं बदलया कुछ नहीं छड़ा जो कुछ कीता आपा इथों मागर मागरा गियर तो पीछे पीछे जो लीवर लाया आपने जो गरारियां पाई ने सारे गियर तो पीछे पीछे ने ये अपना पहला लोहा जी जेड़ा खेती वाला जेड़ा आपा कही जी सुपर सीटर खिचदा है अच्छा ठीक है जी ओदा तोरा देख लो एदा पहला हाई लादा हां रेंज वाला जेड़ा जासी वाला हां आ पहले हाई तोर पे ठीक है जी आ तोर पे जी पहला हाई हां जेड़ा आपा गियर लाया जी उड्डमा ओदा देर जाए तोरा चेक करवाना सुन हुण दौड़ूगा हुण तुरू ही भज्जू हुण भज्जूगा हां जी हां ਲੈ ਵਿੱਕੀ ਦੇ ਹੁਣ ਇਹ ਬਣ ਗਿਆ ਬਾਈ ਕਾਰ ਹੈ ਖੜਦੇ 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 ਵੀ ਇੰਜਨ ਦੀ ਆਪਣੀ ਮੋਡੀਫਿਕੇਸ਼ਨ ਕੋਈ ਨਹੀਂ ਹੈਗੀ ਟਰੈਕਟਰ ਜੋਰ ਕਰਨੇ ਜੋ ਵੀ ਕੀਤਾ ਪੰਪ ਤੇ ਟਰਬੋ ਦਾ ਕੀਤਾ ਆਪਾਂ ਨੇ ਪੰਪ ਇਹ ਵੈਸੇ ਟਰਬੋ ਮਾਡਲ ਆ ਨਹੀਂ ਨਹੀਂ ਟਰਬੋ ਮਾਡਲ ਨਹੀਂ ਆਪਾਂ ਟਰਬੋ ਲਾਈ ਆਪਾਂ ਜਿਵੇਂ ਆਪਾਂ ਪੰਪ ਦੀ ਆਪਾਂ ਰੇਸ ਖੋਲ ਲੈਨੇ ਆ ਟਰੈਕਟਰ ਦੀ ਕਿਸੇ ਦੀ ਆਪਾਂ ਜਿਵੇਂ ਮਾਈਕੋ ਪੰਪ ਲਾ ਲਈਏ ਇਹ ਪੜਾਕੇ ਮਾਰਨ ਲੱਗ ਜਾਂਦੇ ਨੇ ਹਾਂ ਇਹ ਪੜਾਕੇ ਨਹੀਂ ਮਾਰੋ ਜੀ ਫਿਰ ਇਹ ਕਿਆ ਮਾਰਦਾ ਕੁਝ ਵੀ ਨਹੀਂ ਮਾਰਦਾ ਤਾਂ ਅੱਗੇ ਹੀ ਮਾਰਦਾ ਜਿੰਨੀ ਮਾਰਦਾ ਜੀ ਆ ਦੇਖ ਜੀ ਬਈ ਆਹ ਹੈਗਾ ਤੋਂ ਲਾਈ ਆ ਇਹ ਭਰਾ ਪਤਾ ਕੀ ਗੱਲ ਆ ਕਈ ਵਾਰ ਆਪਣਾ ਪੈਰ ਪੂਰ ਥੱਕ ਜਾਂਦਾ ਇਹ ਖਿੱਚ ਨਹੀਂ ਪੈ ਜਾਂਦੇ ਜੋ ਵੱਧ ਵਜਾਉਣਾ ਹੋਵੇ ਇਹ ਹੱਥ ਵਾਲੀ ਰੇਸ ਇਹ ਰੇਸ ਹੱਥ ਵਾਲੀ ਉਧਰ ਵੀ ਆ ਇਹ ਇਧਰੋਂ ਬਹਿ ਕੇ ਸੌਖੀ ਖਿੱਚੀ ਜਾਂਦੇ ਥੋੜੀ ਜੀ ਇਹ ਅੱਛਾ ਇਹ ਫਿਰ ਉਧਰ ਕੱਢਤਾ ਜਗਾੜ ਇਹਦਾ ਹਾਂਜੀ ਹਾਂਜੀ ਇਹ ਉਹ ਪਾਵਰ ਨੇਗਾ ਵੀ ਜੈਕ ਵਾਲਾ ਹਾਂ ਸਿੰਪਲ ਖੜਾ ਦਾ ਤਾਂ ਇਹ ਸਿੰਪਲ ਸਟੀਅਰਿੰਗ ਆਈ ਹੁਣ ਹਾਂ ਠੀਕ ਹੈ ਜੀ ਸਟਾਰਟ ਕਰ ਲੈ ਇਹ ਪਾਵਰ ਆ ਮਤਲਬ ਕਿਵੇਂ ਇਹ ਮਤਲਬ ਕਾਰ ਵਾਲਾ ਫੀਚਰ ਇਹ ਚ ਇਹ ਚ ਆਪਾਂ ਗੱਡੀ ਦਾ ਸਟੀਅਰਿੰਗ ਲਾਇਆ ਜੀ ਬਾਈ ਜੀ ਗੱਲਬਾਤ ਐ ਆ ਚੈਨਲ ਜਦੋਂ ਸ਼ੁਰੂ ਕਰਿਆ ਸੀ ਨਾ ਉਦੋਂ ਵੀਡੀਓ ਕੁਝ ਹੋਰ ਤਰ੍ਹਾਂ ਦੀਆਂ ਆਉਂਦੀਆਂ ਸੀਗੀਆਂ ਜਦੋਂ ਆਪਾਂ ਸਾਲ ਦੇ ਮਿਡ ਜੇ ਚ ਪਹੁੰਚ ਗਏ ਤਾਂ ਫਿਰ ਵੀਡੀਓ ਕੁਝ ਹੋਰ ਤਰ੍ਹਾਂ ਦੀ ਆਉਣ ਲੱਗੀਆਂ ਫਿਰ ਗੱਲਬਾਤ ਐ ਆ ਅਸੀਂ ਇਸ ਚੈਨਲ ਦੇ ਉੱਪਰ ਚੀਜ਼ਾਂ ਉਹ ਲੈ ਕੇ ਆਉਨੇ ਜਿਹੜੀਆਂ ਮੈਨੂੰ ਨਹੀਂ ਪਸੰਦ ਜਿਹੜੀਆਂ ਤੁਹਾਨੂੰ ਪਸੰਦ ਨੇ ਜਾਂ ਕਹਿ ਦਈਏ ਕਿ ਬਾਈ ਜਿਹੜੀਆਂ ਚੀਜ਼ਾਂ ਤੁਸੀਂ ਦੇਖਣੀਆਂ ਪਸੰਦ ਕਰਦੇ ਹੋ ਤੁਸੀਂ ਕਹਿੰਦੇ ਹੋ ਬਾਈ ਬਾਰ-ਬਾਰ ਘੱਟ ਘੱਟ ਵੀਡੀਓ ਲਿਆ ਲੱਭ-ਲੱਭ ਸਾਰੇ ਪੰਜਾਬ ਦੇ ਵਿੱਚੋਂ ਹੈ ਉਹ ਚੀਜ਼ਾਂ ਲੈ ਕੇ ਆਉਨੇ ਐਤਕੀ ਟਰੈਕਟਰ ਇਦਾਂ ਦਾ ਲੱਭ ਕੇ ਲੈ ਕੇ ਆਏ ਆ ਵੀ ਕਿਸਿਆ ਮਾੜਾ ਜਿਹਾ ਤਰ੍ਹਾਂ ਕਿ ਟਰੈਕਟਰ ਫਰੇਮ 'ਚ ਲੈ ਕੇ ਦਿਖਾਈ ਕਿ ਟਰੈਕਟਰ ਤਾਂ ਤੁਹਾਨੂੰ ਪਛਾਣ 'ਚ ਆਉਣਾ ਹੀ ਨਹੀਂ ਬਈ ਟਰੈਕਟਰ ਕਿਹੜਾ ਆ ਹੈ ਟਰੈਕਟਰ ਬਾਰੇ ਜਾਣਕਾਰੀ ਆਪਾਂ ਲਵਾਂਗੇ ਆਪਣੇ ਬਾਈ ਜਸਕਰਨ ਕੋਲੋਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾ ਕੀ ਹਾਲ ਚਾਲ ਆ ਬਾਈ ਜੀ ਵਧੀਆ ਵਧੀਆ ਭਰਾ ਵਧੀਆ ਮੈਂ ਕਿਹਾ ਬਾਈ ਜੀ ਚੀਜ਼ਾਂ ਆਪਾਂ ਸਾਰੇ ਪੰਜਾਬ 'ਚੋਂ ਲੱਭ-ਲੱਭ ਕੇ ਲੈ ਕੇ ਆਉਂਦੇ ਆਪਣੇ ਵੀਰਾਂ ਲਈ ਹੈ ਹਾਂਜੀ ਤੇ ਐਤਕੀ ਉਹ ਚੀਜ਼ ਲੱਭ ਕੇ ਲੈ ਕੇ ਆਏ ਪਹਿਲਾਂ ਟਰੈਕਟਰ ਦੱਸੀ ਟਰੈਕਟਰ ਕਿਹੜਾ ਆ ਇਹ ਭਰਾ ਟਰੈਕਟਰ ਹੈ ਸਟੈਂਡਰਡ ਆ ਜੀ ਇਹ ਸਟੈਂਡਰਡ ਹਾਂਜੀ ਕਿਹੜਾ ਮਾਡਲ ਆ ਇਹ 2004 ਮਾਡਲ ਆ ਜੀ ਆਪਣੇ 2004 ਆ ਤੇ ਸਟੈਂਡਰਡ ਦੇ ਵਿੱਚੋਂ ਕਿਹੜਾ ਮਾਡਲ ਆ ਇਹ ਫੇ ਇਹ 450 ਜੀ 50 ਦਾ ਜੀ ਅੱਛਾ 50 ਹਾਰਸ ਪਾਵਰ 50 ਹਾਰਸ ਪਾਵਰ ਦਾ ਟਰੈਕਟਰ ਆ ਇਹ ਟਰੈਕਟਰ 50 ਹਾਰਸ ਪਾਵਰ ਆ ਮਿੱਤਰੋ ਗੱਲਬਾਤ ਐ ਆ ਕਿ ਟਰੈਕਟਰ ਬਾਈ ਖੋਲਿਆ ਪਿਆ ਕਈ ਚੀਜ਼ਾਂ ਲਾਈਆਂ ਪਈਆਂ ਨੇ ਕਈ ਚੀਜ਼ਾਂ ਲਾਈਆਂ ਪਈਆਂ ਨੇ ਲਾਈਆਂ ਪਈਆਂ ਨੇ ਹਾਂਜੀ ਉਹ ਕੀ ਚੀਜ਼ਾਂ ਨੇ ਉਹ ਭਰਾ ਮੰਨ ਕੇ ਚਲੋ ਵੀ ਲਾਈਆਂ ਦੇ ਇਹਦੇ ਵਿੱਚ ਆਪਾਂ ਥੋੜੀ ਮੋਡੀਫਿਕੇਸ਼ਨ ਇਹ ਕੀਤੀ ਵੀ ਆਪਾਂ ਇੰਜਨ ਦੀ ਕੋਈ ਨਹੀਂ ਕੀਤੀ ਥੋੜੀ ਮੰਨ ਲਓ ਵੀ ਇੰਜਨ ਦੀ ਆਪਣੀ ਮੋਡੀਫਿਕੇਸ਼ਨ ਕੋਈ ਨਹੀਂ ਹੈਗੀ ਟਰੈਕਟਰ ਜੋਰ ਕਰਨੇ ਜੋ ਵੀ ਕੀਤਾ ਪੰਪ ਤੇ ਟਰਬੋ ਦਾ ਕੀਤਾ ਆਪਾਂ ਨੇ ਪੰਪ ਇਹ ਵੈਸੇ ਟਰਬੋ ਮਾਡਲ ਆ ਨਹੀਂ ਨਹੀਂ ਟਰਬੋ ਮਾਡਲ ਨਹੀਂ ਆਪਾਂ ਟਰਬੋ ਲਾਈ ਆਪਾਂ ਟਰਬੋ ਆਪ ਲਾਇਆ ਟਰਬੋ ਆਪ ਲਾਇਆ ਆਪਾਂ ਨੂੰ ਜੋ ਲਾਇਆ ਵੈਸੇ ਇਹ ਟਰੈਕਟਰ ਜੇ ਆਪਾਂ ਸਟੈਂਡਰਡ ਦੀ ਗੱਲ ਕਰਦੇ ਆ ਹੈ ਹਾਂਜੀ ਸਟੈਂਡਰਡ ਦੇ ਟਰੈਕਟਰ ਖਾਸ ਕਿਹੜੀ ਗੱਲੋਂ ਆ ਸਟੈਂਡਰਡ ਦੇ ਤਾਂ ਮਾਲਕ ਐ ਆ ਭਰਾ ਇੱਕ ਤਾਂ ਆਪਣੇ ਵੀ ਆਪਾਂ ਦੇਖੀ ਵੀ ਜ਼ੋਰ-ਜ਼ੋਰ ਚ ਟਰੈਕਟਰ ਠੀਕ ਆ ਇਹ ਹਾਂ ਜਿਵੇਂ ਆਪਾਂ ਪਹਿਲਾਂ ਲੈਂਦੇ ਸੀ ਨਾ ਲੋਕ ਇਹਦੇ ਬਰੋਬਰ ਕਿਹੜਾ ਟਰੈਕਟਰ ਪਹਿਲਾਂ ਆਪਦੇ ਘਰੇ ਖੜਾ ਕਰਕੇ ਦੇਖ ਲੈ ਬਾਈ ਜੀ ਇਹ ਟਰੈਕਟਰ ਉਹਨੂੰ ਮਾਤ ਪਾਉਂਦਾ ਪੂਰਾ ਆਪਾਂ 855 ਟਰੈਕਟਰ ਵੀ ਰੱਖਿਆ ਹੈ ਹਾਂਜੀ ਆਪਾਂ ਸੋਨਾ ਲਿਖਿਆ ਵੀ ਰੱਖਿਆ ਇੱਥੇ ਰੱਖ ਇਦੋਂ ਬਾਅਦ ਆਪਾਂ ਇਹ ਲਿਆਂਦਾ ਉਦੋਂ ਬਾਅਦ ਇਹ ਲਿਆਂਦਾ ਇਹ ਅਰਜਨ ਕਿਹੜਾ ਯਾਰ ਤੁਹਾਡੇ ਕੋਲ ਅਰਜਨ 605 ਜੀ ਆਪਾਂ ਨੇ ਉਹ ਆਪਣਾ ਕੰਪਾਈਨ ਤੀ ਉਹਦਾ ਪਤਾ ਲਾਹੀ ਨਹੀਂ ਕਦੇ ਅੱਛਾ ਉਹ ਲਾਹੀ ਨਹੀਂ ਕਦੇ ਉਹ ਕਦੇ ਨਹੀਂ ਲਾਹੀ ਅੱਛਾ ਇੱਕ ਆਹਾ ਝੋਟਾ ਹੁਣ ਹੈਗਾ ਬਸ ਇਹ ਆਪਾਂ ਥੱਲੇ ਰੱਖਿਆ ਹੋਇਆ ਜੀ ਹਾਂ ਤੇ ਇਹ ਤੋਂ ਕੰਮ ਕਿਹੜਾ ਕਿਹੜਾ ਲੈ ਲਿਆ ਫਿਰ ਕੰਮ ਭਰਾ ਇਹ ਤੋਂ ਆਪਾਂ ਸਾਰੇ ਲੈਣੇ ਜੀ ਸੁਪਰ ਸੀਡਰ ਲਾ ਲਓ ਰੂਟਾਵੀਟਰ ਲਾ ਲਓ ਮਿੱਟੀ ਦੇ ਲਾ ਲਓ ਬਾਕੀ ਤੋਂ ਮੇਨ ਕੰਮ ਆ ਜਿਹੜਾ ਆਪਾਂ ਭੱਜਣ ਵਾਲਾ ਹੀ ਲੈਣੇ ਆ ਜਿਹੜਾ ਮੇਨ ਰੋਡ ਵਾਲਾ ਲਿਫਟ ਨਹੀਂ ਕਾਮਯਾਬ ਹੈਗੀ ਕਿ ਬਈ ਸੁਪਰ ਸੀਡਰ ਹਾਂਜੀ 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 ਪੂਰਾ ਵਧੀਆ ਸੁਪਰ ਸੀਡਰ ਚੱਕਦਾ ਜੀ ਸਾਰਾ ਕੁਝ ਚੱਲਦਾ 8 ਫੁੱਟਾ ਸੁਪਰ ਸੀਡਰ ਚੱਲਦਾ ਜੀ ਇਹਦੇ ਮਾਰ 8 ਫੁੱਟਾ 8 ਫੁੱਟਾ ਉਹ ਵੀ ਸੁਪਰ ਸੀਡਰ ਵੀ ਚੱਕਦਾ ਇਹ ਹੈ ਹਾਂਜੀ ਹਾਂਜੀ ਤੇ ਟਾਇਰ ਨੂੰ ਕੰਪਨੀ ਤੋਂ ਕਿਹੜੇ ਆਉਂਦੇ ਸੀ 14 ਦੀ ਆਉਂਦੇ ਨੇ 14 ਦੀ ਹੁੰਦੇ ਨੇ ਅੱਛਾ ਉਹੀ ਭਾਈ ਉਹੀ ਟਾਇਰ ਰੱਖੇ ਨੇ ਹਨਾ ਟਾਇਰ ਆਪਣਾ ਰੀਜਨਲ ਹੀ ਰੱਖੇ ਹੋਏ ਨੇ ਜਮਾ ਹਾਂ 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 ਅੱਛਾ ਵੈਸੇ ਹੁਣ ਟਰੈਕਟਰ ਨੂੰ ਯਾਰ ਟੇਪਾਂ ਟੂਪਾਂ ਜੀਆਂ ਕਿਰਾ ਰੱਖੇ ਨੇ ਰੀਜਨਲ ਰੰਗ ਕਿਹੜਾ ਇਹਦਾ ਵੈਸੇ ਯਾਰ ਇਹਨਾਂ ਰੰਗ ਦਾ ਸਰਦਈ ਜਾਈ ਇੱਧਰ ਤੁਹਾਨੂੰ ਦੇਖ ਜੀ ਮਾੜਾ ਮੋਟਾ ਜਿਹਾ ਐ ਵਿੱਕੀ ਸਾਹ ਉਹ ਦਿਖਾੜ ਦੇ ਕਿ ਬਾਕੀ ਹੁਣ ਟਰੈਕਟਰ ਦੇ ਉਤਲੀਆਂ ਗੱਲਾਂ ਤੱਕ ਮਿੱਤਰੋ ਕਰ ਲਈਆਂ ਹੈ ਜਿਹੜੀਆਂ ਮੇਨ ਫੰਕਸ਼ਨ ਨੇ ਨਾ ਉਹ ਟਰੈਕਟਰ ਦੇ ਇੱਥੇ ਘੁੰਮਦੇ ਨੇ ਸਾਰੇ ਹਾਂ ਸਾਰੇ ਬਸ ਇੱਥੇ ਨੇ ਬਾਈ ਆਪਣੇ ਨੇ ਬਾਲੇ ਤਕੜੇ ਫੀਚਰ ਲਾ ਰੱਖੇ ਨੇ ਟਰੈਕਟਰ ਦੇ ਵਿੱਚ ਕਿ ਬਾਈ ਆਪਾਂ ਪਹਿਲਾਂ ਕੀ ਦੱਸਣਾ ਫਿਰ ਪਹਿਲਾਂ ਕੀ ਕੀਤਾ ਸਭ ਤੋਂ ਪਹਿਲਾਂ ਤਾਂ ਭਰਾ ਆਪਾਂ ਇਹਦੇ ਪੰਪ ਦੀ ਤੁਹਾਨੂੰ ਮੋਡੀਫਿਕੇਸ਼ਨ ਬਾਰੇ ਦੱਸਦੇ ਆਂ ਹਾਂ ਆ ਲੱਗਿਆ ਪੰਪ ਹੈ ਠੀਕ ਹੈ ਜੀ ਹਾਂ ਜਿਵੇਂ ਆਪਾਂ ਪੰਪ ਦੀ ਆਪਾਂ ਰੇਸ ਖੋਲ ਲੈਨੇ ਆ ਟਰੈਕਟਰ ਦੀ ਕਿਸੇ ਦੀ ਆਪਾਂ ਜਿਵੇਂ ਮਾਈਕੋ ਪੰਪ ਲਾ ਲਈਏ ਹਾਂ ਇਹ ਪੜਾਕੇ ਮਾਰਨ ਲੱਗ ਜਾਂਦੇ ਨੇ ਹਾਂ ਇਹ ਪੜਾਕੇ ਨਹੀਂ ਮਾਰੋ ਜੀ ਫਿਰ ਇਹ ਕਿਆ ਮਾਰਦਾ ਕੁਝ ਵੀ ਨਹੀਂ ਮਾਰਦਾ ਤਾਂ ਅੱਗੇ ਹੀ ਮਾਰਦਾ ਜਿੰਨੀ ਮਾਰਦਾ ਜੀ ਹੋਰ ਕੁਝ ਨਹੀਂ ਮਾਰਦਾ ਮਾਰ ਕੇ ਰੇਸ ਹੀ ਲਈ ਉਹ ਆਪਾਂ ਤਾਂ ਇਹਦੀ ਅੱਜ ਤੱਕ ਰੇਸ ਨਹੀਂ ਦਿੱਤੀ ਗਈ
मगरों ब्रेकां भी देख लो। हाँ भी उधर जाके शॉट लेके देखा ब्रेकां का तां ने फिर बंद किवें हुंदा आ बंद आपां गेयर च ही कीता जो कुछ कीता जी लॉक आ गेयर चों।
ਆਹ ਦੇਖ ਲਓ ਭਰਾ ਬ੍ਰੇਕਾਂ ਜਮਾਂ ਨਿਊਟਰਲ ਨੇ ਇਹਦੇ ਹੈਂਡ ਬ੍ਰੇਕ ਵੀ ਆ ਨੇ ਕੋਈ ਬੰਦਾ ਕਹਿੰਦਾ ਵੀ ਭਰਾ ਹੈਂਡ ਬ੍ਰੇਕ ਲਾਈ ਖੜੇ ਨੇ ਉਹ ਵੀ ਆ ਨੇ ਉਹ ਵੀ ਆਫ ਆ ਉਹ ਵੀ ਆਫ ਨੇ ਜੀ ਠੀਕ ਹੈ ਜੀ ਹੁਣ ਦੁਬਾਰੇ ਫੇਰ ਆ ਗਿਆ ਆਪਾਂ ਤੁਰਿਆ ਇਹ ਤੁਰਿਆ ਕਿਉਂ ਨਹੀਂ ਇਹ ਲੌਕ ਕੀਤਾ ਹੋਈ ਆਪਾਂ ਨੇ ਇਹੀ ਤਾਂ ਬਸ ਕੀਤਾ ਹੋਇਆ ਜੋ ਕੀਤਾ ਜੇ ਆਪਾਂ ਦੱਸਣਾ ਉਹ ਵਿੱਚ ਕੀਤਾ ਗਿਆ ਲੌਕ ਮਤਲਬ ਕਿਸ ਤਰ੍ਹਾਂ ਸੈੱਟ ਕਰਿਆ ਉਹਨੂੰ ਉਹ ਨਾ ਆਪਣਾ ਜੀ ਜੋ ਕੀਤਾ ਬਸ ਗਰਾਰੀਆਂ ਦੇ ਵਿੱਚੋਂ ਕੀਤਾ ਹੋਇਆ ਉਹ ਐਂ ਤਾਂ ਕਿਸੇ ਨੂੰ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਹੈਗਾ ਕਿ ਖੜ ਗਈ ਉਹ ਬਸ ਖੜ ਗਈ ਗਰਾਰੀਆਂ ਲੌਕ ਹੋ ਗਈਆਂ ਗੇਅਰ ਦੀਆਂ ਗਰਾਰੀਆਂ ਲੌਕ ਹੋ ਗਈਆਂ ਕਿ ਮਤਲਬ ਜੇ ਟਰੈਕਟਰ ਕੱਲ ਨੂੰ ਕੋਈ ਚੋਰੀ ਕਰਨ ਆ ਗਿਆ ਹੁੰਦੇ ਨਹੀਂ ਭਾਜੀ ਤੁਸੀਂ ਦੋਖਲ ਤੋੜ ਕੇ ਲਈ ਜਾਵੇ ਪੰਗਾ ਕੋਈ ਮੰਗਣਾ ਕੋਈ ਚਾਹੀ ਟਰੈਕਟਰ ਪਾ ਪਾ ਘੜੀ ਸੀ ਜਾਓ ਜੇ ਮਗਰੋਂ ਨਹੀਂ ਚੱਕੇ ਹੀ ਨਹੀਂ ਘਾਉ ਜਿਆਦਾ ਤੋੜ ਟਾਇਰ ਲੌਕ ਹੋ ਗਏ ਟਾਇਰ ਲੌਕ ਹੋ ਗਏ ਜੀ ਹਾਂ ਦੋਨੋਂ ਜੀ ਅੱਛਾ ਹਿੱਸੇ ਦੇ ਅੰਦਰੋਂ ਉਹ ਲੌਕ ਇਹ ਇੱਥੋਂ ਹੀ ਹੋ ਗਿਆ ਲੌਕ ਜੀ ਮਗਰੋਂ ਵੀ ਨਾ ਗੇਅਰ ਜੀ ਲੌਕ ਹੋ ਗਿਆ ਇੱਥੋਂ ਲੌਕ ਹੋ ਗਿਆ ਜੋ ਹੋ ਗਿਆ ਜੀ ਹਾਂ ਇੱਕ ਤਾਂ ਆਹ ਆ ਗਿਆ ਇਹਦੇ ਵਿੱਚ ਕੋਈ ਮੇਨ ਫੀਚਰ ਆ ਕੰਮ ਪਾਤਾ ਹੈ ਹਾਂਜੀ ਹਾਂਜੀ ਹੈਨਾ ਕਿ ਦੂਜਾ ਇੱਕ ਹੋਰ ਸੀਗਾ ਇਹ ਚ ਉੱਡਮਾ ਗੇਅਰ ਵੀ ਪਾਇਆ ਬਾਈ ਇੱਕ ਹੈ ਉਹ ਕਿਹਾ ਆ ਉਹ ਆਪਣਾ ਆ ਭਰਾ ਜਿਵੇਂ ਵੀ ਹੁਣ ਆਪਾਂ ਦੇਖੀਏ ਵੀ ਲੋਕ ਆਪਣਾ ਗਰਾਰੀਆਂ ਪਾ ਲੈਂਦੇ ਨੇ ਭੱਜਣ ਵਾਲੀਆਂ ਉਹ ਮੇਲੇ ਲਈ ਪਾ ਲੈਂਦੇ ਨੇ ਆ ਕੇ ਕੱਢਦੇ ਨੇ ਫੇਰ ਕਢਾਉਣੀਆਂ ਪੈਂਦੀ ਠੀਕ ਹੈ ਜੀ ਹਾਂ ਇਹ ਆਪਾਂ ਨੂੰ ਕੱਢਣ ਦੀ ਲੋੜ ਨਹੀਂ ਇਹ ਸਾਨੂੰ ਆਪਾਂ ਤਿੰਨੇ ਚੋਰ ਤੋਰੇ ਆਪਣੇ ਚੈੱਕ ਕਰਾ ਦਾਂਗੇ ਇੱਕ ਤਾਂ ਹੈ ਇਹ ਵੈਸੇ ਲੋਹਾਈ ਮੀਡੀਅਮ ਹੈ ਲੋਹਾਈ ਹੈ ਕੱਲਾ ਲੋਹਾਈ ਕੱਲਾ ਲੋਹਾਈ ਹੈ 2 ਸਪੀਡ ਹੈ ਟਰੈਕਟਰ ਇਹ 2 ਸਪੀਡ ਟਰੈਕਟਰ ਹੈ ਹੁਣ ਆਪਾਂ ਕਿੰਨਾ ਕਰਤਾ ਇਹਨੂੰ ਹੁਣ ਤਾਂ ਤੁਸੀਂ ਐ ਮੰਨ ਲਓ ਹੁਣ ਤਾਂ ਇਹ ਬਾਹਲੀਆਂ ਸਪੀਡਾਂ ਵਾਲਾ ਹੋ ਗਿਆ ਜੇ ਆਪਾਂ ਦੇਖੀਏ ਆਹਾ ਅੱਛਾ ਇੱਕ ਤਾਂ ਉਹ ਲੱਗਿਆ ਲੋਹਾਈ ਵਾਲਾ ਹੈ ਦੂਜਾ ਗੇਅਰ ਆਹ ਲੱਗਿਆ ਤੀਜਾ ਤੁਸੀਂ ਕਹਿੰਦੇ ਬਾਈ ਜੀ ਇਹਦੇ ਨਾਲ ਜੀ ਲੀਵਰ ਲਾਇਆ ਜੀ ਜਾਦੂ ਇੱਧਰ ਆ ਜਿਹੜਾ ਦੂਜੇ ਪਾਸੇ ਹੈਗਾ ਉਹ ਕਿਵੇਂ ਚੱਲਦਾ ਫਿਰ ਉਹ ਆਪਾਂ ਤੁਹਾਨੂੰ ਕਰਕੇ ਦਿਖਾ ਦਿੰਦੇ ਹਾਂ ਕਰੋ ਯਾਰ ਹਾਂਜੀ ਮਾੜਾ ਦਿਖਾਓ ਜੀ ਇੱਧਰ ਆਪਾਂ ਲੋ ਚ ਤੋੜ ਕੇ ਦਿਖਾ ਦਿੰਦੇ ਆ ਅੱਛਾ ਆਹ ਹੁਣ ਲੋ ਲੱਗ ਗਿਆ ਇਹ ਪਹਿਲਾ ਲੋ ਆ ਜੀ ਅੱਛਾ ਲੈ ਵੀ ਵਿੱਕੀ ਅੱਛਾ ਹੁਣ ਲੱਗਿਆ ਲੋ ਗਿਆ ਇਹ ਆਪਣਾ ਪਹਿਲਾ ਲੋ ਆ ਜੀ ਜਿਹੜਾ ਖੇਤੀ ਵਾਲਾ ਜਿਵੇਂ ਆਪਾਂ ਕਹੀਏ ਜੀ ਸੁਪਰ ਸੀਡਰ ਖਿੱਚਦਾ ਏ ਅੱਛਾ ਠੀਕ ਹੈ ਜੀ ਉਹਦਾ ਤੋਰਾ ਦੇਖ ਲਓ ਪਹਿਲਾ ਲੋ ਜੇ ਪਹਿਲੇ ਲੋ ਹਾਂ ਹੁਣ ਆਪਾਂ ਇਹਦਾ ਪਹਿਲਾ ਹਾਈ ਲਾਤਾ ਹਾਂ ਰੇਨਲ ਜਿਹੜਾ ਜਾਂਸੀ ਵਾਲਾ ਹਾਂ ਆ ਪਹਿਲੇ ਹਾਈ ਜੀ ਤੋਰ ਪਿਆ ਠੀਕ ਹੈ ਜੀ ਆ ਤੋਰ ਪਿਆ ਜੀ ਪਹਿਲਾ ਹਾਈ ਹਾਂ ਤੇ ਹੁਣ ਆਪਾਂ ਇਹਦਾ ਜਿਹੜਾ ਆਪਾਂ ਗੇਅਰ ਲਾਇਆ ਜੀ ਉੱਡਮਾ ਉਹਦਾ ਦੇਰ ਚ ਤੋਰਾ ਚੈੱਕ ਕਰਾਉਣਾ ਤੁਹਾਨੂੰ ਮੜਾ ਬਾਈ ਨੂੰ ਕਹਦੇ ਵੀ ਸ਼ਾਟ ਲੈ ਲੈ ਹਾਂ ਵੀ ਟਰੈਕਟਰ ਦਾ ਵੀ ਦੂਰੀ ਵਗ ਜੇ ਹੁਣ ਹੁਣ ਦੌੜੂਗਾ ਹੁਣ ਤੁਰੂ ਜੀ ਭੱਜੂ ਹੁਣ ਭੱਜੂਗਾ ਹਾਂਜੀ ਹਾਂ ਲੈ ਵੀ ਵਿੱਕੀ ਦੇ ਹੁਣ ਇਹ ਬਣ ਗਿਆ ਬਾਈ ਕਾਰ ਹੈ ਬੰਦ ਕਰਿਓ ਟਰੈਕਟਰ ਇਧਰ ਨੂੰ ਕਰਕੇ ਕਰਾਂਗੇ ਐਂ ਬੰਦ ਕਰ ਦਿਓ ਹੁਣ ਇਹ ਕਾਰ ਵਾਂਗੂ ਤੁਰਿਆ ਹਾਂਜੀ ਹਨਾ ਹੁਣ ਇਹ ਚ ਕੀਤਾ ਕੀ ਸੀਗਾ ਫਿਰ ਆਪਾਂ ਉਹ ਗੇਅਰ ਲਾਇਆ ਸੀ ਆਪਣਾ ਜੀ ਇਹ ਹਾਈ ਲੋ ਨਿਊਟਰਲ ਕਰਕੇ ਜਿਹੜਾ ਆਪਾਂ ਗੇਅਰ ਲਾਇਆ ਜੀ ਨਹੀਂ ਹਾਈ ਲੋ ਨਿਊਟਰਲ ਸੀਗਾ ਹਾਈ ਲੋ ਨਿਊਟਰਲ ਸੀ ਜੀ ਅੱਛਾ ਜਿਹੜਾ ਆਪਾਂ ਲੀਵਰ ਲਾਇਆ ਉਹ ਲੀਵਰ ਲਾ ਕੇ ਹਾਂ ਇਹਦੇ ਵਿੱਚ ਆਪਾਂ ਨੇ ਪਹਿਲਾ ਦੂਜਾ ਤੀਜਾ ਜਿਹੜਾ ਮਰਜ਼ੀ ਗੇਅਰ ਪਾਈ ਉਹਨੇ ਭੱਜਣੀ ਭੱਜਣਾ ਉਹ ਲੀਵਰ ਦੇ ਨਾਲ ਹੈ ਉਹ ਲੀਵਰ ਨਾਲ ਜੀ ਉਹ ਬਸ ਇੱਕੋ ਵਾਰੀ ਹਿਲਾਉਣਾ ਆ ਬਸ ਇੱਕ ਵਾਰੀ ਹਿਲਾਉਣਾ ਬਾ ਉਹਦਾ ਥੌਲੀ ਪਾਉਣਾ ਤੁਸੀਂ ਮੰਨ ਲਓ ਅੱਛਾ ਤੇ ਹੁਣ ਕਾਰ ਬਣ ਗਿਆ ਕਾਰ ਹੀ ਬਣ ਜਾਂਦਾ ਉਹ ਗੇਅਰ ਦੇ ਨਾਲ ਇਹ ਜਾਂਦਾ 120 ਤੇ ਹਾਂਜੀ 120 ਤੇ ਜੀ ਅੱਛਾ ਮਤਲਬ ਐ ਨਹੀਂ ਕਿ ਗਰਾਰੀਆਂ ਕੱਢ ਲਓ ਗਰਾਰੀਆਂ ਨਹੀਂ ਨਹੀਂ ਉਹਦਾ ਪਹਿਲਾਂ ਕੰਮ ਹੀ ਨਹੀਂ ਇਹ ਪਹਿਲਾਂ ਆਪਾਂ ਨਾ ਤਕਰੀਬਨ ਮੰਨ ਲਾ 2016 ਚ ਆਪਾਂ ਕੀਤਾ ਸੀ ਉਹ ਕੰਮ ਜੀ ਹਾਂ ਗਰਾਰੀਆਂ ਕੱਢਣਾ ਤੁਹਾਨੂੰ ਉਹਦੀ ਛੋਟੀ ਜਿਹੀ ਕਲਿੱਪ ਦਵਾਂਗੇ ਇੱਕ 2016 ਦੀ ਉਦੋਂ ਕੀਤਾ ਸੀ ਫਿਰ ਨਾ ਸਾਨੂੰ ਥੋੜਾ ਜਿਹਾ ਔਖਾ ਲੱਗਾ ਗਰਾਰੀਆਂ ਕੱਢਣ ਪਾਉਣ ਵਾਲਾ ਪਰ ਉਹ ਆਪਾਂ ਨੇ ਜਾਬੀ ਨਿਮੇੜਦਾ ਪਾਉਣ ਗੇਅਰ ਹੀ ਲਾਤਾ ਪੱਕਾ ਹੀ ਵੀ ਕੱਢਣ ਦੀ ਲੋੜ ਹੀ ਨਾ ਪਵੇ ਇਹ ਕੱਲਾ ਐ ਆ ਕਿ ਕੱਲਾ ਇਹਦੇ 'ਚ ਹੀ ਹੋ ਸਕਦਾ ਕਿ ਉਹ ਟਰੈਕਟਰ 'ਚ ਵੀ ਜਿਹੜੇ ਮਰਜ਼ੀ ਟਰੈਕਟਰ 'ਚ ਕਰਾਓ ਜੀ ਅੱਛਾ ਜਿਹੜੇ ਮਰਜ਼ੀ ਟਰੈਕਟਰ 'ਚ ਇਹ ਪ੍ਰੋਵੀਜ਼ਨ ਲਾ ਫਰੀਜ਼ 'ਚ ਕਰਤਾ ਆਪਾਂ ਜੀ ਸਵਰਾਜ 'ਚ ਕਰਤਾ ਜੀ ਫੋਰਡ 'ਚ ਕਰਤਾ ਜੀ ਤਿੰਨ 'ਚ ਕੀਤਾ ਬਾਈ ਆਪਣੇ ਨੇ ਆ ਬਾਈਆਂ ਨੇ ਕੀਤਾ ਜੀ ਆਪਾਂ ਜੋ ਮੋਡੀਫਿਕੇਸ਼ਨ ਕੀਤੀ ਹੈ ਹਾਂਜੀ ਹਾਂਜੀ ਇਹ ਕਿਹੜੀ ਜਗ੍ਹਾ ਬਾਈ ਦੀ ਵਰਕਸ਼ਾਪ ਬੜਬਰੀ ਬੜਬਰ ਚੀਮਾ ਟਰੈਕਟਰ ਵਰਕਸ਼ਾਪ ਬੜਬਰ ਹੈ ਜੇ ਕਿਸੇ ਨੇ ਕਰਾਉਣਾ ਤਾਂ ਬਾਈ ਬਾਈ ਦਾ ਤੁਸੀਂ ਚੀਮਾ ਟਰੈਕਟਰ ਵਰਕਸ਼ਾਪ ਬੜਬਰ ਬਾਈ ਤੁਸੀਂ ਸਰਚ ਕਰਕੇ ਜ਼ਰੂਰ ਆਇਓ ਹੈ ਤੇ ਇਹ ਬਰਬਰ ਪਿੰਡ ਚ ਬਾਈ ਦੀ ਵਰਕਸ਼ਾਪ ਹੈ ਇਹਨਾਂ ਦੀ ਕਾੜਿਆ ਸਾਰੀ ਇਹ ਜਿਹੜਾ ਕੁਝ ਵੀ ਹੋਇਆ ਹੈ ਤੇ ਜੀ ਸਟੀਅਰਿੰਗ ਲੱਗਿਆ ਗੇਅਰ ਲੌਕ ਹੋਇਆ ਗੇਅਰ ਸਪੀਡ ਵਧੀਆ ਪੰਪ ਚ ਮੋਡੀਫਿਕੇਸ਼ਨ ਆ ਸਾਰੀ ਇਹਨਾਂ ਦੀ ਕਾੜ ਹੈ ਉਹ ਸਾਰੀ ਇਹਨਾਂ ਦੀ ਆ ਹੈ ਹਾਂਜੀ ਅੱਛਾ ਇੰਨਾ ਸਾਰਾ ਕੁਝ ਕਰਨ ਤੋਂ ਬਾਅਦ ਬਾਕੀ ਗੱਲਬਾਤ ਆਉਂਦੀ ਮਿੱਤਰੋ ਖਰਚੇ ਤੇ ਹਨਾ ਹਾਂਜੀ ਕਿ ਟਰੈਕਟਰ ਤੇ ਹੁਣ ਤੱਕ ਟਰੈਕਟਰ ਤੋਂ ਛੁੱਟ ਖਰਚਾ ਕਿੰਨਾ ਹੋ ਗਿਆ ਟਰੈਕਟਰ ਤੁਸੀਂ ਐਂ ਦੇਖ ਲਓ ਜੀ ਆਪਾਂ 2,62,000 ਦਾ ਲੈਤਾ ਸੀ ਜੀ ਉੱਤੇ ਕਿੰਨੇ ਲਾਤੇ 2,62,000 ਹੀ ਉੱਪਰ ਲਾਤਾ ਜੀ ਐ ਮੰਨ ਕੇ ਚਲੋ ਮੈਨੂੰ ਵੱਧ ਭਵੇਂ ਲਾਤਾ ਹੋਵੇ ਘੱਟ ਨਹੀਂ ਲਾਇਆ ਕਹਿ ਦਈਏ ਇੰਨੇ 'ਚ ਦੋ ਸਟੈਂਡਰਡ ਘਰੇ ਖੜ ਜਾਂਦੇ ਹਾਂਜੀ ਆਰਾਮ ਨਾਲ ਜੀ ਦੋ ਸਟੈਂਡਰਡ ਘਰੇ ਖੜਦੇ ਜੀ ਆਪਾਂ ਇਹ ਤੀ ਇਹ ਨਹੀਂ ਦੋ ਵਾਰ ਕਿਆ ਕਰਤਾ ਪਰ ਇਹਦੇ 'ਚ ਹੁਣ ਦੋ ਪਾਤੇ ਇਹ ਦੋ ਹੀ ਨੇ ਜੀ ਇਹ ਤੋਂ ਭਾਵੇਂ ਖੇਤੀ ਕਰਾ ਲਓ ਤੇ ਭਾਵੇਂ ਇਹਨੂੰ ਬਾਈ ਜ਼ੋਰ ਤੇ ਭਜਾ ਲਓ ਕੁਛ ਮਰਜ਼ੀ ਕਰਾਈ ਜਾਵੇ ਤੁਸੀਂ ਹਾਂਜੀ ਹਾਂਜੀ ਚਾਹੇ ਮੇਲੇ ਦੇਖ ਲਓ ਜੀ ਹਾਂ ਚਾਹੇ ਰੋਡ ਤੇ ਭਜਾਓ ਚਾਹੇ ਇਹਦੀ ਖੇਤੀ ਕਰਿਓ ਚਾਹੇ ਇਹਦੀ ਮਿੱਟੀ ਪਾਲੋ ਕੁਛ ਮਰਜ਼ੀ ਕਰਿਓ ਸਾਰਾ ਕੁਛ ਕਰਦਾ ਜੀ ਅੱਛਾ ਹੁਣ ਇਹ ਤਾਂ ਹੈਗੇ ਇਸ ਟਰੈਕਟਰ ਦੇ ਫਾਇਦੇ ਹਾਂਜੀ ਜੇ ਆਪਾਂ ਇਸ ਮਾਡਲ ਦੇ ਸਟੈਂਡਰਡ ਦੀ ਆਪਾਂ ਦੱਸਣੀ ਬਾਈ ਜੀ ਚ ਆਹ ਨਿੱਕੀ ਜੀ ਘਾਟ ਰਹਿ ਗਈ ਸੀ ਕੰਪਨੀ ਵੱਲੋਂ ਜੇ ਆਹ ਨਾ ਹੁੰਦੀ ਫਿਰ ਸਿਰਾ ਲੱਗ ਗਿਆ ਸੀਗਾ ਘਾਟ ਤਾਂ ਅਸਲ ਜੇ ਆਪਾਂ ਦੇਖੀਏ ਵੀ ਆਪਣੇ ਲੋਕ ਨਾ ਥੋੜੇ ਮਾਰਕ
ਮਿੱਤਰੋ ਗੱਲਬਾਤ ਆਏ ਹਾਂ ਕਿ ਹੁਣ ਜੇ ਕਿਸੇ ਬਾਈ ਨੇ ਹੋਰ ਬਹੁਤੀਆਂ ਗੱਲਾਂ ਬਾਤਾਂ ਟਰੈਕਟਰ ਬਾਰੇ ਜਾਣਨੀਆਂ ਗੱਲਬਾਤ ਕਰਨੀਆਂ ਇੰਸਟਾਗ੍ਰਾਮ ਬਾਈ ਦਾ ਮੈਂ ਸਕਰੀਨ 'ਤੇ ਦੇ ਦਿੰਦਾ, ਤੁਸੀਂ ਬਾਈ ਨਾਲ ਗੱਲਾਂ ਬਾਤਾਂ ਕਰ ਲਿਓ। ਬਾਕੀ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਅਤੇ ਤੁਹਾਨੂੰ ਸਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਸਮਾਂ ਦੇਣ ਲਈ ਧੰਨਵਾਦ ਜੀ।